بسم اللہ الرحمن الرحیم السلام علیکم کیسے ہو ਤੁਸੀਂ ਸਾਰੇ امید ਹੈ ਸਾਰੇ ਸਾਡੇ ਫੋਲੋਅਰਸ ਜਿਹੜੇ ਨੇ دوست ਸਹਬਾਬ ਬਿਲਕੁਲ ਠੀਕ ਠਾਕ ਹੋਣਗੇ ਤੇ ਜੀ ਅੱਜ ਅਸੀਂ ਤੁਹਾਨੂੰ ਗਰਮੀਆਂ ਦੀ ਜ਼ਬਰਦਸਤ ਸੀ ਸਭ ਦੀ ਪਸੰਦ ਵਾਲੀ ਸਬਜ਼ੀ ਜਿਹੜੀ ਹੈ ਫੇਵਰੇਟ ਉਹ ਬਣਾਉਣੀ ਸिखਾਵਾਂਗੇ ਲੇਕਿਨ ਜ਼ਰਾ ਡਿਫਰੈਂਟ ਅੰਦਾਜ਼ ਨਾਲ ਬਣਾਈ ਤੇ ਤੁਸਾਂ ਨੂੰ ਬਹੁਤ ਜ਼ਿਆਦਾ ਦਫਾ ਹੋਏਗੀ ਚਲੋ ਜੀ ਰੈਸਪੀ ਸਟਾਰਟ ਕਰਨੇ ਆ ਸਭ ਤੋਂ ਪਹਿਲਾਂ ਅਸੀਂ ਲਈਆ 1 ਕ ਚਾਰ ਟੇਬਲस्पून ਆਇਲ ਦਾ ਔਰ ਇਹ ਵਿੱਚ ਅਸੀਂ ਪਾਇਆ ਜੀ ਦੋ ਪਿਆਜ਼ ਇਸ ਤਰ੍ਹਾਂ ਚੌਪ ਕਰਕੇ омলেট ਵਾਲੇ ਸ਼ੇਪ ਚ ਤੇ ਫਿਰ ਉਸ ਤੋਂ ਬਾਅਦ ਅਸੀਂ ਪਾ ਲਿਆ 2 ਟੇਬਲस्पून ਜਿਹੜਾ ਜੀ ਲਸਣ ਉਹਨੂੰ ਅਸੀਂ ਇੰਝ ਕਰ ਲਿਆ ਜੀ ਪੇਸਟ ਬਣਾ ਲਿਆ ਜਾਂ ਉਹਨੂੰ ਤੁਸੀਂ ਚॉप ਕਰ ਲਓ ਤੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਲੈਣਾ ਪਉਣ ਇਸ ਕੇ ਬਾਅਦ ਇਹੇ ਤੋਂ ਬਾਅਦ ਤੁਸੀਂ ਪਾਣਾ ਜੀ ਚਿਕਨ ਦਾ ਕੀਮਾ ਤੁਹਾਨੂੰ ਪਤਾ ਹੈ ਜੀ ਅੱਜ ਕੱਲ ਮਟਨ ਤੇ ਬਹੁਤ ਮਹਿੰਗਾ ਹੈ ਆਮ ਬੰਦੇ ਦੀ ਪਹੁੰਚ ਤੋਂ ਬਹੁਤ ਦੂਰ ਹੈ ਤੇ ਦਿਲ ਤੇ ਹਰ ਬੰਦੇ ਦਾ ਹੁੰਦਾ ਫਿਰ ਦਿਲ ਕਰਦਾ ਵੇ ਕਿਆ ਚੀਜ਼ ਬਣਾ ਕੇ ਖਾਈਏ ਤੇ ਚਲੋ ਜੀ ਇਹਨੂੰ ਅਸੀਂ ਦੁੱਸਤ ਤੁਹਾਨੂੰ ਕੀਮੇ ਚਿਕਨ ਦੇ ਨਾਲ ਬਣਾ ਕੇ ਦਿਖਾਉਣ ਲੱਗੇ ਆਂ ਤੇ ਬਿਲਕੁਲ ਅਗੇ ਤੁਸੀਂ ਮਟਨ ਦਾ ਬਣਾਣਾ ਹੈ ਤਾਂ ਉਹ ਵੀ ਤੁਸੀਂ ਐਸੇ ਤਰੀਕੇ ਨਾਲ ਬਣਾਨਾ ਵੇ ਤੇ ਅਸੀਂ ਪਾਇਆ ਰਿਹਾ ਚਿਕਨ 500 ਗ੍ਰਾਮ ਇਹ ਹੱਥ ਨਾਲ ਵੀ ਬਣਾ ਸਕਦੇ ਹੋ ਕੀਮਾ ਚਾਪਰ ਨਾਲ ਵੀ ਬਣਾ ਸਕਦੇ ਹੋ ਤੁਹਾਨੂੰ ਪਤਾ ਹੈ ਚਿਕਨ ਵਿਚਾਰੇ ਦਾ ਤੇ ਕੀਮਾ ਫੌਰਨ ਹੀ ਹੋ ਜਾਂਦਾ ਕਿਸੇ ਵੜੀਆਂ ਮਸ਼ੀਨਾਂ ਦੀ ਤੇ ਕੋਈ ਜ਼ਰੂਰਤ ਹੀ ਨਹੀਂ ਬਿਲਕੁਲ ਜੀ ਠੀਕ ਹੈ ਜੀ ਇਹਨੂੰ ਅਸਾਂ ਚੰਗੀ ਤਰ੍ਹਾਂ ਕਰ ਲੈਣਾ ਫਰਾਈ ਦਿਲ ਤੇ ਹਰ ਇਨਸਾਨ ਦਾ ਤੇ ਸਾਡਾ ਵੀ ਦਿਲ ਕਰਦਾ ਸੀ ਪਿਆ ਕੇ ਅਸੀਂ ਇਹਨੂੰ ਭਰ ਕੇ ਪਕਾਈਏ ਤੇ ਅਸੀਂ ਕਹਾਂ ਚਲੋ ਜੀ ਦੂਸਰੇ ਜਿਹੜੇ ਨੇ ਸਾਡੇ ਵਿਊਅਰਸ ਉਹ ਵੀ ਜਰਾ ਇਸ ਤਰੀਕੇ ਨਾਲ ਪਕਾਣ ਤੇ ਵਾਹ ਵਾਹ ਜੀ ਆਪਣੀ ਉਂਗਲੀਆਂ ਟੱਟਦੇ ਰਹਿ ਜਾਣ ਐ ਵੇਖੋ ਜੀ ਚਿਕਨ ਜਦੋਂ ਆਪਣਾ ਕਲਰ ਚੇਂਜ ਕਰ ਲਏਗਾ ਤੇ ਫਿਰ ਅਸੀਂ ਦੀ ਇਹਦੇ ਵਿੱਚ ਦੂਸਰੇ ਮਸਾਲੇ ਵਗੈਰਾ ਨੇ ਉਹ ਪਾਵਾਂਗੇ ਅਸੀਂ ਲਈਆਂ ਨੇ ਤਿੰਨ ਸਬਜ਼ ਮਿਰਚਾਂ ਤਿੰਨ ਚਾਰ ਉਹ ਤੁਹਾਡੀ ਮਰਜ਼ੀ ਹੈ ਜਿੰਨਾ ਤੁਸੀਂ ਜ਼ਿਆਦਾ ਸਪਾਈਸਿਸ ਖਾਣਾ ਪਸੰਦ ਕਰਦੇ ਹੋ ਤੁਸੀਂ ਪਾ ਲਵੋ ਇਸ ਤਰ੍ਹਾਂ ਚੋਪ ਕਰਕੇ ਪਾ ਦੇਣੀਆਂ ਨੇ ਤਿੰਨ ਅਸਾਂ ਲੈਨੇ ਟਮਾਟਰ ਉਹ ਵੀ ਚੋਪ ਕੀਤੇ ਨੇ ਤੇ ਉਹਨਾਂ ਨੂੰ ਅਸਾਂ ਵਿੱਚ ਪਾ ਦਿੱਤਾਵੇ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਹੁਣ ਚਮਚ ਧੀਰੇ ਚ ਮਾਰਨਾ ਹੈ ਤੇ ਜ਼ਰਾ ਅੱਛੀ ਤਰ੍ਹਾਂ ਇਹਨਾਂ ਨੂੰ ਤੁਸੀਂ ਭੁੰਨ ਲੈਣਾਵੇਂ ਤੇ ਬਸ ਅਸਾਂ ਕੋਈ ਪਾਣੀ ਤੁਹਾਡੇ ਸਾਹਮਣੇ ਬਿਲਕੁਲ ਹੀ ਵਿੱਚ ਨਹੀਂ ਪਾਇਆ चिकन का प्याज का टमाटर का पानी है इना ही सारा कुछ चिकन पका देना बड़ा जबरदस्त है हूँ ये पावे मसाले सुरख मिर्च पाउडर पावे वन टी स्पून क्योंकि असि सबज मिर्च भी पा चुके हैं सुरख कुटी मिर्च पावे जी वन टी स्पून हूं उसद तो अभी पावगे जीरा वन टी स्पून ए भी रोस्टेड ਇਹ ਪਾਣੀ ਦਾ ਹਲਦੀ ਪਾਵਾਂਗੇ ਜੀ 1/4 टीस्पून ਤੇ ਸਾਲਟ ਪਾਇਆ 1 टीस्पून ਕੋਈ ਵੇਖ ਲੋ ਮਸਾਲੇ ਨਹੀਂ ਅਸੀਂ ਪਾਏ ਹੈ ਤੇ ਬਸ ਹੁਣ ਇਹਨੂੰ ਅਸੀਂ ਚਮਚ ਮਾਰਾਂਗੇ ਤੇ ਇਹਨੂੰ ਐਸੇ ਪਾਣੀ ਦੇ ਵਿੱਚ ਅਸੀਂ ਦਮ ਲਾ ਆ ਦਵਾਂਗੇ 5 ਤੋਂ 10 ਮਿੰਟ ਵਾਸਤੇ ਪੱਕਣ ਲਈ ਅਸੀਂ ਛੱਡ ਦਾਂਗੇ ਤੇ ਪੱਕ ਕੇ ਇਸ ਤਰ੍ਹਾਂ ਦਾ ਰੈਡੀ ਹੋ ਜਾਏਗਾ ਤੇ ਅਸੀਂ ਉੱਤੇ ਪਾਇਆ ਸੁੱਕੀ ਮੇਥੀ ਪਾ ਦਿੱਤੀ ਹੈ ਸਬਜ਼ ਧਨੀਆ ਤੁਹਾਡੇ ਕੋਲ ਹੋਏਗਾ ਤੇ ਸਬਜ਼ ਧਨੀਆ ਵੀ ਪਾ ਦਿਓ ਤੇ ਹੁਣ ਦੂਸਰੀ ਤਰਫ ਅਸੀਂ ਆਪਣੇ ਕੀਮੇ ਤਿਆਰ ਕਰਾਂ ਜੀ ਕarele ਤਿਆਰ ਕਰਾਂਗੇ ਕਰੇਲੇ ਜਿਹੜੇ ਇਹਨਾਂ ਨੂੰ ਤੁਸੀਂ ਕੱਟ ਕੇ ਵਿੱਚੋਂ ਬੀਜ ਕੱਢ ਕੇ ਉਹਨਾਂ ਨੂੰ ਨਮਕ ਲਾ ਕੇ ਰੱਖ ਦੇਣਾ ਮੈਂ ਫਿਰ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਤੋਂ ਤੁਸੀਂ ਧੁੱਪੇ ਰੱਖ ਦਿਓ ਤੇ ਵੇਖੋ ਕਿੱਡੇ ਜ਼ਬਰਦਸਤ ਤੇ ਸੋਹਣੇ ਚਮਕਦੇ ਪੈਣੇ ਲਿਸ਼ਕਾ ਮਾਰਦੇ ਪੈਣੇ ਸਾਡੇ ਕਰੇਲੇ ਤੇ ਬਸ ਇਹਨਾਂ ਨੂੰ ਤੁਸੀਂ ਹੁਣ ਕਰ ਲੈਣਾ ਫਰਾਈ ਫਰਾਈ ਇਸ ਲਈ ਕਰਨਾ ਹੈ ਕਿ ਇਹਨਾਂ ਦੀ ਜਿਹੜੀ ਕੜਵਾਹਟ ਹੈ ਨਾ ਉਹ ਖਤਮ ਹੋ ਜਾਏਗੀ ਤੇ ਫਿਰ ਅਸੀਂ ਅਗਲੇ ਨਾਲ ਜੀ ਪ੍ਰੋਸੈਸ ਕਰਾਂਗੇ ਤੇ ਆਹ ਵੇਖੋ ਹੁਣ ਇਹਨੂੰ ਕਰਨਾ ਹੈ ਮੀਡੀਅਮ ਫਲੇਮ ਤੇ ਤੇਜ਼ ਆਂਚ ਤੇ ਨਾ ਕਰਿਓ ਕਿ ਸਾੜ ਸੜਾ ਕੇ ਰੱਖ ਦੋ ਹਲਕੇ ਹਲਕੇ ਆਂਚ ਤੇ ਹੀ ਕਰਨਾ ਨਾਰਮਲ ਜੀ ਤੇ ਤੇ ਵਿੱਚ ਵੀ ਆਇਲ ਪਾਇਓ ਜਿਹੜਾ ਇਹ ਕੱਟਦੇ ਅੰਦਰ ਵੀ ਮਤਲਬ ਇਸ ਤਰ੍ਹਾਂ ਹਲਾਉਂਦੇ ਚਮਚ ਤੇ ਜ਼ਬਰਦਸਤ ਅੰਦਰੋਂ ਫਰਾਈ ਹੋ ਜਾਣਗੇ ਤੇ ਬਾਹਰੋਂ ਵੀ ਤੇਵੇਂ ਦੇ ਪੋ ਆਹستہ ਆਹستہ ਸਾਡੇ ਗਰੇਲੇ ਆਪਣਾ ਰੰਗ ਬਦਲਦੇ ਜਾ ਰਹੇ ਨੇ ਤੇ ਬਹੁਤ ਮਜ਼ੇਦਾਰ ਗਰੇਲੇ ਤਿਆਰ ਹੋਣਗੇ ਤੁਸੀਂ ਆਪਣੀਆਂ ਉਹਨੀਆਂ ਛੱਡਦੇ ਰਹਿ ਜਾਣਗੇ ਬਲਕਿ ਮਹਿਮਾਨਾਂ ਨੂੰ ਪਕਾ ਕੇ ਖਵਾਇਓ ਬਿਲਕੁਲ ਆਨ ਕਿੰਨੇ ਨਾ ਗਰੇਲਾ ਹੋਏ ਤੇ ਕੜਵਾ ਨਾ ਹੋਏ ਲੇਕਿਨ ਇਹ ਤੁਹਾਨੂੰ ਬਿਲਕੁਲ ਕੜਵਾਨੀ ਲੱਗੇਗਾ ਬੜਾ ਜ਼ਬਰਦਸਤ ਸਾਰਾ ਇਹਦਾ ਜ਼ਾਇਕਾ ਆਏਗਾ ਤੇ ਬਹੁਤ ਮਜ਼ੇਦਾਰ ਜੀ ਕ੍ਰੇਲਾ ਚਿਕਨ ਕ੍ਰੇਲੇ ਬਣਾਣਗੇ ਸਾਡੇ ਇਹ ਦੇਖ ਆਹ ਵੇਖੋ ਜੀ ਬਸ ਹੋ ਗਿਆ ਸੀ ਫਰਾਈ ਇਹਨੂੰ ਬਹੁਤ ਜ਼ਿਆਦਾ ਕਲਰ ਚੇਂਜ ਨਹੀਂ ਕਰਨਾ ਹੈ ਤੇ ਇਹਨੂੰ ਅਸੀਂ ਕਰ ਲਿਆ ਫਰਾਈ ਇਸ ਤਰ੍ਹਾਂ ਸੀ ਸਾਰੇ ਜਿੰਨੇ ਵੀ ਕ੍ਰੇਲੇ ਹੋਣਗੇ ਉਹਨਾਂ ਨੂੰ ਫਰਾਈ ਕਰਕੇ ਤੇ ਕੱਢ ਲਵਾਂਗੇ ਠੀਕ ਹੈ ਜੀ ਐ ਵਾਰੀ ਵਾਰੀ ਆਵੰਦੇ ਪਏ ਹੋ ਗਏ ਇਹਦੇ ਵਿੱਚ ਵੀ ਮੈਂ ਥੋੜਾ ਜਿਥੋਂ ਮੈਨੂੰ ਲੱਗਦਾ ਹੈ ਕਿ ਇਹਦੀ ਸਾਈਡ ਥੋੜੀ ਜਿਹੀ ਹਲਾ ਹੈ ਵੇ ਉਨੂੰ ਪਕਾ ਲਾਂਗੇ ਤੇ ਫਿਰ ਜੀ ਦੂਸਰੀ ਸਾਈਡ ਵੇਖ ਲਵਾਂਗੇ ਕਿ ਕੋਈ ਰਹਿ ਤਾਂ ਨਹੀਂ ਗਈ ਤੇ ਇਸ ਤਰ੍ਹਾਂ ਸੋਸੀ ਚਮਚ ਦੇ ਨਾਲ ਹੀ ਪਲਟ-ਪਲਟ ਕੇ ਰੀਆਂ ਸਾਈਡਾਂ ਸਾਰੀਆਂ ਕਰ ਲੈਣੀਆਂ ਨੇ ਹੁਣ ਜੀ ਠੰਡੇ ਹੋ ਜਾਣਗੇ ਤੇ ਅਸੀਂ ਜੀ ਉਹ ਮਿਕਸਚਰ ਜਿਹੜਾ ਸੰ ਚਿਕਨ ਕੀਮੇ ਦਾ ਤਿਆਰ ਕੀਤਾ ਸੀ ਉਹ ਲਵਾਂਗੇ ਤੇ ਇਹਨੂੰ ਲਵਾਂਗੇ ਕੋਈ ਅਸਾਇਰੇ ਤਾਂ ਧਾਗੇ ਨਹੀਂ ਜੇ ਬੰਨੇ ਆਂ ਘਰੇਲੇ ਕੋ ਘਰੇਲੇ ਨੂੰ ਹੁਣ ਅਚੀ ਤਰ੍ਹਾਂ ਤੁਸੀਂ ਇਸ ਮਿਕਸਚਰ ਨਾਲ ਭਰ ਲੈਣਾਵੇਂ ਇਸ ਤਰ੍ਹਾਂ ਇਹ ਸਾਡੇ ਤੁਸੀਂ ਕ੍ਰੇਲੇ ਭਰ ਕੇ ਰੱਖ ਲੈਣੇ ਨੇ ਤੇ ਬਿਲਕੁਲ ਇਸ ਤਰ੍ਹਾਂ ਬਸ ਇਹਨੂੰ ਅਸੀਂ ਭਰਨ ਤੋਂ ਬਾਅਦ ਹਲਕਾ ਦਾ ਸਾਈਡਾਂ ਤੋਂ ਦਬਾ ਦਾਂਗੇ ਕਿ ਆ ਸਾਰਾ ਮਿਕਸਚਰ ਆਪਸ 'ਚ ਜੁੜ ਜਾਏ ਤੇ ਇਸ ਇਸ ਤਰ੍ਹਾਂ ਸਾਰੇ ਕ੍ਰੇਲੇ ਭਰ ਕੇ ਸਾਈਡ ਤੇ ਰੱਖੇ ਜਾਵਾਂਗੇ ਸਾਰੇ ਕ੍ਰੇਲੇ ਜਿਹੜੇ ਸਾਡੇ ਤਿਆਰ ਹੋ ਜਾਣਗੇ ਤੇ ਫਿਰ ਅਸੀਂ ਇਹਨਾਂ ਨੂੰ ਕਰਾਂਗੇ ਐਬ ਬਿਲਕੁਲ ਜਿਹੜਾ ਮਿਕਸਚਰ ਹੈ ਬਾਹਰ ਨਹੀਂ ਨਿਕਲੇਗਾ ਤੁਸੀਂ ਆਪੀ ਵਖੋਗੇ ਕਿ ਇਸ ਇਹਨੂੰ ਕੜਨਾ ਨਹੀਂ ਬਲਕਿ ਤੁਸੀਂ ਚਮਚ ਵਗੈਰਾ ਵਿਚਲਾਓਗੇ ਚੜਾਈ ਵਗੈਰਾ 'ਚ ਤੇ ਬਿਲਕੁਲ ਇਹ ਮਿਕਸਚਰ ਬਾਹਰ ਨਹੀਂ ਆਏਗਾ ਔਰ ਕਿਹ ਲੈ ਬਿਲਕੁਲ ਨਹੀਂ ਖੁੱਲੇਗਾ ਇਸ ਤਰ੍ਹਾਂ ਸਾਰੇ ਤਿਆਰ ਕਰਕੇ ਆ ਵੇਖੋ ਰੱਖ ਲਏ ਨੇ ਤੇ ਉਹਨੂੰ ਜਿਹੜਾ ਮਿਕਸਚਰ ਬਚਿਆ ਸੀ ਪੂਰੇ ਵਿੱਚ ਆ ਸਾਰੇ ਗਰੇਲੇ ਰੱਖਾਂਗੇ ਤੇ ਵਾਰੀ ਵਾਰੀ ਤੇ ਇਹਨਾਂ ਨੂੰ ਫਿਰ 5 ਮਿੰਟ ਵਾਸਤੇ ਬਿਲਕੁਲ ਲੋ ਜਿਹੜੀ ਆਗ ਹੋਏਗੀ ਨਾ ਉਹਦੇ ਉੱਤੇ ਸੀ ਇਹਨਾਂ ਨੂੰ ਦਮ ਤੇ ਲਾ ਦਵਾਂਗੇ ਤੇ ਜੀ ਸਾਡੇ ਜ਼ਬਰਦਸਤ ਜੇ ਕੀਮਾ ਗਰੇਲੇ ਤਿਆਰ ਹੋ ਜਾਣਗੇ ਬਹੁਤ ਮਜ਼ੇਦਾਰ ਅਬ ਜ਼ਰੂਰ ਇਹਨਾਂ ਟਰਾਈ ਕਰਿਓ ਤੇ ਆਪਣੇ ਮਹਿਮਾਨਾਂ ਨੂੰ ਵੀ ਬਣਾ ਕੇ ਖਵਾਇਓ ਤੇ ਸਾਨੂੰ ਕਮੈਂਟ ਕਰਿਓ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਇਹ ਵੇਖੋ ਜੀ ਐਸੀ 5 ਮਿੰਟ ਬਾਅਦ ਖੋਲਲੇ ਨੇ ਸਾਰਾ ਮਿਕਸਚਰ ਸਟੀਮ ਦੇ ਵਿੱਚ ਬੜਾ ਅੱਛਾ ਤਿਆਰ ਹੋ ਗਿਆ ਹੈ ਤੇ ਇਹ ਸਾਡੇ ਮਜ਼ੇਦਾਰ ਜਿਹੀ ਕੀਮਾ ਗਰੇਲੇ ਤਿਆਰ ਨੇ ਤੇ ਅਸੀਂ ਇਹਨਾਂ ਨੂੰ ਕਰਾਂਗੇ ਸਰਵ ਤੇ ਤੁਸੀਂ ਵੇਖੋਗੇ ਤੇ ਕਿ ਐਸੇ ਤੁਸੀਂ ਬਣਾਇਓ ਤੇ ਜ਼ਰੂਰ ਟਰਾਈ ਕਰਕੇ ਸਾਨੂੰ ਵੀ ਫੀਡਬੈਕ ਦਿਓ ਕਿ ਤੁਹਾਨੂੰ ਕਹਿੰਦੇ ਲੱਗੇ ਅੱਲਾਹ ਤਾਲਾ ਆਸਾਨੀਆਂ ਦਾ ਕਰੇ ਤੁਹਾਨੂੰ ਸਭ ਨੂੰ ਤੇ ਆਸਾਨੀਆਂ ਤਕਸੀਮ ਕਰਨ ਦਾ ਸ਼ਰਫ ਵੀ عطا ਕਰੇ ਤੇ ਹੁਣ ਇਹਨੂੰ ਰੋਟੀ ਨਾਲ ਖਾਓ ਅੱਲਾਹ